ਭਾਵੀ ਆਦਰ ਜੋਟੀ ਦਮੋਟੇ ਦੀ ਧਰਤੀ ਆ ਗੱਭਰੂ ਦਾ ਨਾਂ ਜੋਟੀ ਕਹਿੰਦੇ ਆ ਭਾਵੀ ਮੈਂ ਨਹੀਂ ਉਹਦੀ ਸਾ ਜੋਟੀ ਬੱਲੇ ਬੱਲੇ ਦੇਖੋ ਜੀ ਕਿਹੜਾ ਕਰਾਉਂਦਾ ਖੇਡ ਮੈਦਾਨ ਦੇ ਵਿੱਚ ਬਾਈ ਹੱਥ ਬੰਨ ਕੇ ਬੇਨਤੀ ਮੈਂ 55 ਕੇ ਦੀ ਫਾਈਨਲ ਬਣੀ ਟੀਮ ਅਪਰੀਤ ਸ਼ੇਲ ਦੀ ਨੇ ਪੁੱਜੇ ਲੈ ਵੀ ਆ ਵੀ ਗੱਭਰੂ ਕਹਿ ਲਵੇ ਪਲਾਸੜੇ ਦੀ ਧਰਤੀ ਵਾਲਾ ਆ ਵੀ ਯੂਵੀ ਦੋ ਮਿੰਟ ਮੈਂ ਆਪਣੀ ਟੀਮ ਲੈ ਕੇ ਆ ਜਾ ਬਾਈ ਯੂਵੀ ਯੂਵੀ ਰੀਡੂ ਸੋਨੀਪਤ ਪਲੀਜ਼ ਦੱਸੋ ਕਿਵੇਂ ਕੋਪਰੇਟ ਕਰੇ ਟਾਈਮ ਬਹੁਤ ਬੁੰਦ ਵੱਧ ਰਹੀ ਆ ਬਾਈ ਜਲਦੀ ਆਓ ਰਾਮਪੁਰ ਗਊਸ਼ਾਲਾ ਯੂਵੀ ਔਰ ਰੇਡੂ ਸੋਨੀਪਤ ਆਰਾਮ ਨਾਲ ਨਹੀਂ ਆਰਾਮ ਨਾਲ ਆਰਾਮ ਨਾਲ ਆਦਰ ਦੀ ਗੱਲ ਵਿੱਚ ਜਿਹੜਾ ਛੋਟੀ ਢੱਕਿਆ ਗਿਆ ਆਦਰ ਫਿਰ ਤੋਂ ਕਹਿ ਲਓ ਬਈ ਫਿਰ ਤੇ ਗੱਲ ਵੀ ਅਭੀ ਆ ਗਿਆ ਸ਼ਲ ਦੇ ਗੱਭਰੂ ਪਲਾਸੜੇ ਦੀ ਧਰਤੀ ਹੈ ਗੱਭਰੂ ਦਾ ਨਾਂ ਅਭੀ ਕਹਿੰਦੇ ਆ ਔਰ ਬੱਲੇ ਬੱਲੇ ਵਾਹ ਬੀ ਵਾਹ ਲੱਭੂ ਭਾਈ 55 ਕੇ ਦੀ ਫਾਈਨਲ ਬਣੀ ਟੀਮਾਂ ਪੁੱਜੇ ਪ੍ਰੀਤ ਦਿੱਲੀ ਦੋਨੋਂ ਟੀਮਾਂ ਦੇ ਖਿਡਾਰੀ ਇੱਧਰ ਖੇਡ ਰਹੇ ਬਜੂਜਾ ਵਾਲੇ ਠੀਕ ਹੈ ਉਹ ਕਬਰ ਦੋਨੋਂ ਇੱਧਰ ਖੇਡਦੇ ਮੁੰਡਾ ਇੱਧਰ ਖੇਡਦੇ ਆ ਆਦਰ ਵੀ ਸਾਡਾ ਗੋਗੂ ਭਰਾ ਵੀ ਪੁੱਜਿਆ ਏ ਤਹਿ ਦਿਲ ਧੰਨਵਾਦ ਹੈ ਨਵੇਂ ਗੁਰੂ ਵਾਲਾ ਔਰ ਚੇਤਨ ਤੋਂ ਤੇ ਕੱਲ੍ਹ ਵੀ ਕਬੱਡੀ ਦਾ ਬਹੁਤ ਹੀ ਵਧੀਆ ਪਲੇਅਰ ਹੈ ਅੱਜ ਕੱਲ੍ਹ ਵੀ ਰਾਮਪੁਰ ਗੁਜਰਾ ਦੇ ਵਿੱਚ ਪੁੱਜਿਆ ਤਹਿ ਦਿਲ ਧੰਨਵਾਦ ਹੈ ਲੈ ਵੀ ਉੱਧਰ ਕੰਨੂ ਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਾਲਾ ਵਾਕਈ ਇਸ ਗੱਭਰੂ ਦੇ ਪੈਰਾਂ ਦੇ ਵਿੱਚ ਵੀ ਕਹਿ ਲਓ ਪੂਰਾ ਪੰਚਾਲ ਆ ਉੱਥੇ ਬਹਿਣਦਾ ਵਾਧਾ ਆਪਣੀ ਟੀਮ ਦੇ ਲਈ ਕਰ ਗਿਆ ਡੇਲੀ ਬੇਸ ਕਰ ਦਿੰਦਾ ਮੇਰੇ ਤਾਂ 4 ਸਾਲ ਹੋਇਆ ਪੱਕੇ ਦਾ ਵਰਗ ਮੇ ਫਸਟ ਸੈਮੀ ਫਾਈਨਲ ਰਾਮਪੁਰ ਗਊਸ਼ਾਲਾ ਵਰਸੀ ਬਾਰੂ ਰਾਮ ਸਟੇਡੀਅਮ ਦੋਨੋਂ ਟੀਮੇ ਜਲਦੀ 2 ਨੰਬਰ ਗਰਾਊਂਡ ਮੇ ਰਿਪੋਰਟ ਕਰੇ ਵਾਕੇ ਤਬੂਟੇ ਦੀ ਧਰਤੀ ਵਾਲਾ ਛੋਟੀ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰ ਗਿਆ ਆਦਰ ਗੱਲ ਵੀ ਕੰਨੂ ਆ ਗਿਆ ਇਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਵਾਕਈ ਗਊਸ਼ਾਲਾ ਤੇ ਨਾਲ ਗੱਲ ਵੀ ਬਾਬਰਾ ਸਟੇਡੀਅਮ ਪੁਲਿਸ ਦੇ 65 ਗੱਜੇ ਦਾ ਜਿਹੜਾ ਵੀ ਪਹਿਲਾ ਸੈਮੀ ਫਾਈਨਲ ਮੁਕਾਬਲਾ ਜਲਦੀ ਆ ਜਾਏ ਫਿਰ ਉਹ ਟੀਮੇ ਧੁੰਦ ਬਹੁਤ ਵੱਡ ਰਹੀ ਹੈ ਬਾਈ ਇੰਟਰਵਿਊ 5 ਮਿੰਟ ਮੈਂ ਕਹਿ ਦਵਾਂ ਧੰਨਵਾਦ ਕਰਦੇ ਹਾਂ ਪਦਮ ਸ਼੍ਰੀ ਅਵਾਰਡ ਮਿਸਟਰ ਅਜੇ ਠਾਕੁਰ ਜੀ ਨਾਲ ਸਾਡੇ ਸੁਨੀਲ ਵੀਰ ਜੀ ਇਹਨਾਂ ਬੋਲਾਂ ਤੇ ਖੁਸ਼ ਹੋ ਕੇ 500 ਰੁਪਏ ਦੇ ਵੱਡੇ ਮਾਸਰ ਪੋਦੇ ਕਰਦੇ ਹਾਂ ਤਹਿ ਦਿਲੋਂ ਧੰਨਵਾਦ ਹੈ ਜੀ ਲੈ ਵੀ ਉਧਰ ਵੀ ਕਲਵੇ ਭਰੋਣਾ ਵਾਲਾ
ਲਭੂ ਆ ਗਿਆ, ਲਵਪ੍ਰੀਤ ਸਿੰਘ ਲਭੂ। ਮੈਂ ਬੇਨਤੀ ਕਰਦਾ ਬਾਬਾ ਹਰਦੀਪ ਸਿੰਘ ਜੀ। ਹੈਲੋ ਬਈ, ਪੈਸਠ ਗਏ ਜੀ ਦੋਨੋਂ ਟੀਮੇ ਬਾਬਾ ਜੀ, ਇੱਕ ਫਸਟ ਟਾਈਮ ਫਾਈਨਲ। ਬੋਲੋ ਰਾਜੂ ਵੀਰ, ਕਿਆ ਕਹਿ ਰਹੇ ਬਾਬਾ ਜੀ? ਇੱਕ ਮਿੰਟ ਜਰਾ ਬਾਬਾ ਜੀ, ਬਈ ਫਸਟ ਸੈਮੀਫਾਈਨਲ ਰਾਮਪੁਰ ਗਊਸ਼ਾਲਾ ਬਰੂ ਰਾਮ ਸਟੇਡੀਅਮ, ਪਲੀਜ਼ ਜਲਦੀ ਦੋਨੋਂ ਟੀਮੇ ਆਏ। ਪਰ ਉਹਨਾਂ ਖਿੱਚੀ ਲੈਣੀਆਂ ਮੈਂ ਉੱਥੇ ਲੈਣੀਆਂ, ਮੈਂ ਭੇਜ ਦੂੰਗਾ ਨਾ, ਮੈਂ ਹੁਣੀ ਲੈਣੀਆਂ ਉੱਥੇ, ਮੈਂ 250-300 ਫੋਟੋ ਲੈਣੀ ਸਾਰੀ। ਨਹੀਂ ਨਹੀਂ ਆਪਣੀਆਂ ਫੋਟੋਗ੍ਰਾਫਰ ਵੀ ਇਹਦੀ। ਹੈਲੋ ਬਈ, ਚਾਹ ਵਾਲੇ ਵੀਰ ਜੀ ਨੂੰ ਨਿਵੇਦਨ ਹੈ ਕਿ ਅਫਸਰਾਂ ਨੂੰ ਵੀ ਚਾਹ ਪੂਰਤੀ ਕਰ ਦੇ ਗਰਾਊਂਡ ਮੇ, ਏਕ ਨੰਬਰ ਔਰ ਦੋ ਨੰਬਰ ਗਰਾਊਂਡ ਮੇ। ਚਾਹੇ ਵਾਲੇ ਭਾਈ ਜੀ ਪਲੀਜ਼ ਚਾਹੇ ਪਹੁੰਚਾ ਦੇ, ਔਰ ਹਮਾਰੇ ਜੋ ਲਾਈਵ ਵਾਲੇ ਹੈ ਇਨਕੋ ਵੀ ਚਾਹੇ ਪਹੁੰਚਾ ਦੇ, ਹਮਾਰੇ ਕੈਮਰਾ ਮੈਨ ਔਰ ਲਾਈਵ ਵਾਲੇ ਨੂੰ ਆਹ ਲਾਈਵ ਵਾਲਾ ਸਾਡਾ ਗਰੀਬ ਭਰਾ। ਬਿਲੇ ਵੀਰ ਕਰ ਲਾਸਟ ਕੋਲ ਫਸਟ ਟਾਈਮ ਫਾਈਨਲ ਪੈਸਾ। ਹਲੇ 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 ਲਵੇ ਵੀ ਚੱਲਦੇ, ਮੈਂ ਤਾਂ ਸਕੋਰ ਹੈ 4-6। ਗੋਲੀ ਗੋਲੀ ਕਡੂਆਣਾ, ਆਪਣਾ ਸਵਾਂਚਨ ਪ੍ਰਾਪਤ ਕਰਨਾ ਗੋਲੀ ਕਡੂਆਣਾ। ਹਲੇ ਹਲੇ ਰਾਣਾ ਕਡੂਆਣਾ, ਪੰਮੂ ਕਡੂਆਣਾ, ਬਾਊ ਕਡੂਆਣਾ, ਕਾਕੂ ਕਡੂਆਣਾ, ਜੱਸੀ ਕਡੂਆਣਾ, ਪਲੀਜ਼ ਸਾਰੇ ਆ ਜਾਓ, ਆ ਜਾਓ ਜਰਾ। ਗੁਰਬਚਨ ਚੌਧਰੀ ਜੀ, ਗੁਰਬਚਨ ਚੌਧਰੀ ਜੀ ਨੂੰ ਬਾਬਾ ਜੀ ਸਨਮਾਨ ਕਰਨਗੇ। ਗੋਲੀ ਗੋਲੀ ਆਈ ਜਰਾ ਜਲਦੀ ਆਈ, ਆਦਰ ਵੀ ਤਹਿ ਦਿਲੋਂ ਧੰਨਵਾਦ ਹੈ BHW ਸਪੋਰਟਸ ਵਾਲਾ ਸਾਡਾ ਕਾਕੂ ਭਰਾ ਵੀ ਪੁੱਜਿਆ ਹੈ, ਤਹਿ ਦਿਲੋਂ ਧੰਨਵਾਦ ਹੈ। ਟਿੱਕਿਆਂ ਨੂੰ ਆਖਦੇ ਭਰਵਾਂ ਸਵਾਗਤ ਹੈ ਬਾਈ, ਸਾਉਣ ਵਾਲੇ ਵੀ ਇਹਨੂੰ ਬੇਨਤੀ ਵੀ ਸਾਨੂੰ ਚੇਂਜ ਕਰੀ ਜਰਾ। ਕਿਆ ਕਰਤਾ ਇਹ ਸੱਪੇ ਬਣਾ ਤੋ ਦਿੰਦਾ। ਲੈ ਵੀ ਜਿਹੜੇ ਵੀ ਚੱਲਦੇ, ਮੈਂ ਤਾਂ ਸਕੋਰ ਹੈ ਰਾਮਪੁਰ ਦੇ ਬੈਂਡ ਹੈਗੇ ਵੀ 9, ਰਾਮਪੁਰ ਦੇ ਜਿਹੜੇ ਬੈਂਡ ਹੈਗੇ ਵੀ 5, ਮਾਹਾ ਦੇ ਗਊਸ਼ਾਲਾ ਦੇ ਬੈਂਡ ਹੈਗੇ ਵੀ 9। ਹਲੀ 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 ਰਾਣਾ ਕਡਵਾਣਾ, ਉਧਰ ਪਲਾਸਟੇ ਵਾਲਾ ਅਭੀ ਵੇਖਦੇ ਹੈ 3 ਪਰ ਅੱਕ ਦਾ ਵਾਧਾ, ਮਹਾਦੇਵ ਗਊਸ਼ਾਲਾ ਦੀ ਟੀਮ ਦੇ ਲਈ ਹੋ ਗਿਆ ਹੈ।
ਆਦਰ ਵੀ ਕਹਿਣਾ ਦੇ ਕਰ ਨੋਟ ਕਰੀਏ ਕਹਿੰਦਾ ਮੈਂ ਦੇਣਾ ਦੇ ਕਬੱਡੀ ਕੱਪ ਦੀ 65 ਕਿਲੋ ਦੀ ਜੇਤੂ ਟੀਮ ਹੈ। ਵਾਕੇ ਜਿੱਥੇ ਵੀ ਕਹਿ ਲਓ ਅਭੀ ਪਲਾਸੜੇ ਵਾਲੇ ਨੇ ਕੱਲ ਕਹਿ ਲਓ ਵੀ ਓਪਨ ਦੇ ਵਿੱਚ ਬੜੀਆਂ ਤਗੜੀਆਂ ਕਬੱਡੀਆਂ ਪਈਆਂ ਜੀ। ਗੋਲਡਨ ਰੇਡ ਦੇ ਵਿੱਚ ਇਸ ਕਮਰੇ ਨੇ ਜਿਹੜੇ ਵੀ ਦੇਹਲਾ ਦੀ ਧਰਤੀ ਵਾਲਾ ਸੈਮੀ ਫਾਈਨਲ ਕੁਆਟਰ ਫਾਈਨਲ ਮੈਚ ਦੇ ਵਿੱਚ ਇਸ ਕਮਰੇ ਨੇ ਵੱਡੀਆਂ ਬੱਲਾਂ ਮਾਰੀਆਂ ਪਾ ਦੀ। ਅਭਿਸ਼ੇਕ ਅਭਿਸ਼ੇਕ ਆ ਜਾ। ਹੈਲੋ ਰਾਮਪੁਰ ਗਊਸ਼ਾਲਾ ਬਾਰੂ ਰਾਮ ਸਟੇਡੀਅਮ ਦੋਨੋਂ ਟੀਮੇ ਜਲਦੀ ਆਏ ਰਾਮਪੁਰ ਗਊਸ਼ਾਲਾ ਜਲਦੀ ਆਏ ਬਈ ਅਭੀ ਇਤਨੀ ਬਾਰ ਅਨਾਊਂਸ ਕਰ ਦਿਆ ਹੈ ਟਾਈਮ ਖਰਾਬ ਮਤ ਕਰੋ ਟਾਈਮ ਖਰਾਬ ਮਤ ਕਰੋ ਪਲੀਜ਼ ਹਮ ਜਿਤਨਾ ਜਲਦੀ ਇਹ ਟੂਰਨਾਮੈਂਟ ਸਮਾਪਤ ਕਰਨਾ ਚਾਹਤਾ ਉਤਨਾ ਹੀ ਟਾਈਮ ਜ਼ਿਆਦਾ ਲਗਾ ਰਹੇ ਹੋ ਲਵੀ ਫਿਰ ਕੱਲ ਵੀ ਕੌਣ ਆ ਗਿਆ ਰੇਟ ਤੇ ਅਭੀ ਵਾਹ ਵੀ ਨਹੀਂ ਉਹਦੀ ਸੱਗ ਭਰੂਆ ਆਵੇ ਸਾਡਾ ਜੱਸੀ ਲੈ ਵੀ ਚੱਲਦੇ ਮੈਂ ਜਿਹੜਾ ਵੀ ਸਕੋਰ ਹੈ 9-11 ਉਹਦੇ ਵੀ ਰਾਮਪੁਰ ਗੁਜਰਾਂ ਦੇ ਜਿਹੜੇ ਵੀ ਪਿੰਡ ਹੈਗੇ 9 ਮਹਾਦੇਵ ਗਊਸ਼ਾਲਾ ਦੇ ਪਿੰਡ ਹੈਗੇ ਵੀ 11 ਬੱਚੇ ਕੌਣ ਸੀ ਟੀਮ ਆਪਕੀ ਰਾਮਪੁਰ ਗਊਸ਼ਾਲਾ ਭਾਈ ਦੂਸਰੀ ਟੀਮ ਅਭੀ ਮੈਚ ਖੇਲ ਕੇ ਗਈ ਉਹ ਆ ਗਈ ਆਪ ਕਿਉਂ ਨਹੀਂ ਆ ਰਹੇ ਹੋ ਹਰ ਮੈਚ ਦਾ ਹੀ ਹਾਲ ਬਹੁਤ ਟਾਈਮ ਲੈ ਰਹੀ ਹੈ ਟੀਮ ਕਿਆ ਬਾਤ ਹੈ ਆਪਕੀ ਟੀਮ ਹੈ ਜੀ ਰਾਮਪੁਰ ਗਊਸ਼ਾਲਾ ਵਾਹ ਸਪੋਂਸਰ ਟੀਮ ਹੈ ਆਪਕੀ ਲਵੀ ਚੱਲ ਇੱਧਰ ਕੰਨੂ ਰੇਟ ਦੇ ਆ ਤੁਹਾਡੀ ਆਪਣੀ ਟੀਮ ਹੈ ਹਾਂ ਫਿਰ ਆ ਨਹੀਂ ਗਈ ਉਹੀ ਨਹੀਂ ਆ ਰਹੀ ਦੇਖੋ ਹੁਣ ਘਰਾਂ ਨੂੰ ਅੱਗੇ ਤਿਆਰ ਹੋਣ ਬਈ ਰਾਮਪੁਰ ਗਊਸ਼ਾਲਾ ਟੀਮ ਹਰ ਵਾਰ ਤੁਸੀਂ ਲੇਟ ਹੁੰਦੇ ਹਰ ਮੈਚ 'ਚ ਲੇਟ ਹੋਏ ਭਾਈ ਅਮਨ ਨੂੰ ਬੇਨਤੀ ਅਮਨ ਚਿੰਕਣੇ ਵਾਲਾ ਪਲੀਜ਼ ਨਾ ਟੀਮ ਲੈ ਕੇ ਛੇਤੀ ਆਵੇ ਉਹ ਬਈ ਜਿਹੜੇ ਚਾਹ ਦੀ ਸਵਾਵਾਂ ਦੇ ਰਹੇ ਇੱਧਰ ਆਫੀਸ਼ਲ ਬੰਦਿਆਂ ਨੂੰ ਚਾਹ ਦਿਓ ਬਈ ਰੈਫਰੀਆਂ ਨੂੰ ਤੇ ਜਿਹੜੇ ਹੋਰ ਵੀ ਇੱਥੇ ਬੈਠੇ ਆ ਇਹਨਾਂ ਨੂੰ ਚਾਹ ਦਿਲਾ ਦਿਓ ਮਾਰਾ ਉਹਨੂੰ ਲੱਗਾ ਉਂਗਲੀਆਂ ਉਹ ਤੇ ਪਰੇ ਮਾਰਿਆ ਨੇ ਮਾਰਦਾ ਕਰਦਾ ਤੇ ਨਹੀਂ ਪਤਾ
ਮਹਾਨ ਗਊਸ਼ਾਲਾ ਦਾ ਨੌਜਵਾਨ ਹੈ ਯੂਵੀ ਬਈ, ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਕੋਈ ਇੱਕ ਬੰਦਾ ਆਓ ਜਲਦੀ। ਤੁਹਾਨੂੰ ਇੰਨੀ ਦੇਰ ਦੇ ਕਿਆ ਕਰਦੇ ਬਈ, ਬੰਦੇ ਨੇ ਜਾਣਾ ਹੈ, ਤੁਸੀਂ ਇੱਕ ਵਾਰੀ ਆ ਜਾਓ, ਮੈਚ ਨੂੰ ਕਰਾ ਜਾਓ, ਫਿਰ ਚੱਲ ਜਾਓ, ਜਲਦੀ ਆਓ ਜਰਾ। ਭਾਈ ਜੀ ਆਪਣੀ ਪੂਰੀ ਟੀਮ ਲੈ ਕੇ ਆਓ, ਚੱਕਰ ਹੈ ਯਾਰ, ਕਦ ਸੇ ਅਨਾਊਂਸ ਕਰ ਰਹੇ ਹੈ। ਵਾਹ ਕੇ ਮੈਨੂੰ ਤੇ ਕਿਆ ਰਹਾ ਅਮਨ ਯਾਰ, ਆਇਆ ਛੇਤੀ ਅਮਨ, ਤੁਹਾਨੂੰ ਆਣੀ ਹੁਣ ਤਾਂ ਵੀਰੇ, ਬਸ ਹੁਣ ਮੈਚ ਖਤਮ ਹੋਣ ਦੇ ਬਾਅਦ ਆਣੀ ਅਗਲੇ ਫਾਈਨਲ ਦੇ ਬਾਅਦ ਕਾਰ। ਆਸ਼ੀਸ਼ ਵੀਰ ਜੀ, ਸਪੋਰਟਸ ਦਾ ਕਾਕੂ ਭਰਾ ਤਹਿ ਦਿਲੋਂ ਧੰਨਵਾਦ ਹੈ, ਉਚੇਚੇ ਤੌਰ 'ਤੇ ਪੁੱਜਿਆ ਪ੍ਰੀਤ ਸਟੇਜ 'ਤੇ ਆਉਂਦੀ ਕਿਰਪਾ ਦਾ ਘਰ ਨਾਲ ਜਿੰਨੇ ਵੀ ਭਰਾ ਯਾਰ ਮਿੱਤਰ ਸਾਡੇ ਪੁੱਜੇ ਹੋਏ ਹੈ, ਧੰਨਵਾਦ ਹੈ ਭਾਈ ਪ੍ਰੀਤ ਵੀ ਖਮਿੰਦਰ ਵੀ ਅਜੀ ਗੁਰਪੋਟ ਕਰੇ ਆ ਜਾਓ ਯਾਰ, ਕਾਕੂ ਭਾਅ ਜੀ ਆ ਜਾਓ, ਆ ਜਾਓ ਆ ਜਾਓ ਵੀਰ ਜੀ, ਮਨੋਜ ਵੀਰ ਲੈ ਅਮਨ ਆ ਗਿਆ ਰੇਟ ਨਹੀਂ, ਗਊਸ਼ਾਲਾ ਦੀ ਧਰਤੀ ਜਿੱਥੇ ਅੱਜ ਉਚੇਚੇ ਤੌਰ ਤੇ ਮਹਾਦੇਵ ਗਊਸ਼ਾਲਾ ਦੇ ਪ੍ਰਧਾਨ ਸਾਹਿਬ ਦੋ ਤਰ੍ਹਾਂ ਭੋਲੀ ਜੀ ਪੁੱਜੇ ਹੈ। ਨਰੇਸ਼ ਬਾਬੇ ਦੇ ਨਾਲ ਵਾਕਈ ਵੱਡਾ ਪਿਆਰ ਹੈ, ਦੋਨਾਂ ਭਰਾਵਾਂ ਦੇ ਨਾਲ ਵੱਡਾ ਪਿਆਰ ਹੈ, ਮਨੂ ਬਰੂਣਾ ਮਨੂ ਬਰੂਣਾ ਢੋਲੀ ਵੀਰ ਜਿੱਥੇ ਮੇਰੀ ਆਵਾਜ਼ ਸੁਣਦੇ ਹੈ ਸਟੇਜ ਦੇ ਅੱਗੇ, ਰਾਊਂਡ ਨੰਬਰ 2 ਚਾਹੇ ਮਨੂ ਬਰੂਣਾ ਢੋਲੀ ਵੀਰ
ਨੂੰ ਪਰੂਣਾ ਆ ਜਾ ਗਰਾਊਂਡ ਨੰਬਰ 2 ਚ ਆ ਜਾ ਲੈ ਵੀ ਇਹਨਾਂ ਵੀ ਚੱਲਦੇ ਮੈਂ ਤਾਂ ਸਕੋਰ ਹੈ ਮਹਾਦੇਵ ਗਊਸ਼ਾਲਾ ਦੇ ਪਿੰਡ ਹੈਗੇ 17 ਤੇ ਕਹਿ ਲਓ ਵੀ ਰਾਮਪੁਰ ਗੁਜਰਾਂ ਦੇ ਪਿੰਡ ਹੈਗੇ ਵੀ 9 9-16 ਝੋਟੇ ਜਿੱਤ ਗਏ ਜਿੱਤ ਯੂ ਵੀ ਗਲਤ ਖੇਲ ਗਿਆ ਅਮਰੀਕ ਭਰਾ ਬਹੁਤ ਹੀ ਹਸਮੁਖ ਦਾ ਚਿਹਰਾ ਵੇਖ ਕੰਮ ਸਮਝ ਕੇ ਚੱਲਦਾ ਏ ਸ਼ੇਰੂ ਖਾਨ ਢੋਲੀ ਗਰੁੱਪ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਾਡੇ ਚੇਅਰਮੈਨ ਸਾਹਿਬ ਔਰ ਸਾਡੇ ਦਾਰਾ ਜੀ ਵੱਲੋਂ ਬਈ ਲਾਈਵ ਫੋਟੋ ਵਾਲਾ ਕਿੱਧਰ ਵੀ ਅਜੇ ਕਰ ਪੁੱਤ ਤੇ ਨਾਲ ਸਾਡਾ ਰਜੀਵ ਵੀਰ ਲਾਈਵ ਵਾਲੀ ਗੱਲ ਵੀ ਪੂਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਹੈ ਅਮਰੀਕ ਸਾਡਾ ਵੀਰ ਦੁਬੋਟੇ ਵਾਲਾ ਬਹੁਤ ਹੀ ਹੱਸਮੁੱਖ ਦਾ ਚਿਹਰਾ ਵੱਡਾ ਪਿਆਰ ਹੈ ਭਰਾ ਦੇ ਨਾਲ ਵੀ ਠਾਕੁਰ ਸਾਹਿਬ ਕੋ ਲਿਆਓ ਇੰਟਰੋਡਕਸ਼ਨ ਕੇ ਲਈ ਫਸਟ ਸੈਮੀ ਫਾਈਨਲ 65 KG ਮੇ ਬਹੁਤ ਹੀ ਸਤਿਕਾਰਯੋਗ ਸਾਡੇ 2-3 ਮਿੰਟ ਰਹਿ ਗਏ ਹੋਣੇ ਵੱਡੇ ਵੀਰ ਬਾਬਾ ਹਰਦੀਪ ਸਿੰਘ ਜੀ ਲਾਸਟ 5 ਮਿੰਟ ਉਹਨਾਂ ਦੇ ਨਾਲ ਪਦਮ ਸ਼੍ਰੀ ਸਾਡੇ ਭਰਾ ਅਜੇ ਠਾਕੁਰ ਜੀ ਚੇਅਰਮੈਨ ਸਾਹਿਬ ਕੋਹਲੀ ਪ੍ਰਧਾਨ ਜੀ ਸਾਰੀ ਟੀਮ ਨੂੰ 55 KG ਜਿਹੜੀ ਸਾਡੀ ਫਾਈਨਲ ਮੈਚ ਹੈ ਉਹਨਾਂ ਨੂੰ ਟੀਮ ਨੂੰ ਆਸ਼ੀਰਵਾਦ ਦੇਣਾ ਹੈ ਸੋ ਬਾਬਾ ਜੀ ਨੂੰ ਬੇਨਤੀ ਹੈ ਕਮਿੰਦਰ ਜੀ ਠਾਕੁਰ ਜੀ ਇਸ ਟੂਰਨਾਮੈਂਟ ਦੇ ਸਫਾ ਸਮੀ ਪਹਿਲਾਂ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ ਪਦਮ ਸ਼੍ਰੀ ਅਵਾਰਡ ਮਿਸਟਰ ਅਜੇ ਠਾਕੁਰ ਜੀ ਤੇ ਨਾਲ ਗੱਲ ਵਿੱਚ ਸਰਦਾਰ ਹਰਦੀਪ ਸਿੰਘ ਬਾਬਾ ਜੀ ਤੇ ਨਾਲ ਗੱਲ ਵਿੱਚ ਸਾਡਾ ਸੁਨੀਲ ਵੀਰ ਪੁਲਿਸ ਦੇ ਵਿੱਚ ਸੇਵਾਵਾਂ ਦਿੰਦੇ ਹੈ ਸਾਰੇ ਭਰਾ ਜਿਹੜੇ ਵੀ ਪੁੱਜੇ ਹੋਏ ਆ ਤੈਨੂੰ ਧੰਨਵਾਦ ਹੈ ਤਾਲੀਆਂ ਵਿੱਚ ਦੋਨੋਂ ਟੀਮਾਂ ਸੇ ਨਿਵੇਦਨ ਤਾਲੀਆਂ ਸੇ ਸਵਾਗਤ ਕੀਆ ਜਾਏ ਜਿੱਥੇ ਗੱਲ ਅਚਿੰਦੇ ਤੌਰ 'ਤੇ
ਨੂੰ ਭਰਵਾਂ ਸਵਾਗਤ ਹੈ, ਨਾਲ ਜਿੰਨੇ ਵੀ ਮਾਨਵਤੀ ਸ਼ਖਸੀਅਤਾਂ ਪਦਮ ਸ਼੍ਰੀ ਅਵਾਰਡ ਮਿਸਟਰ ਅਜੇ ਠਾਕੁਰ ਜੀ ਸੁਨੀਲ ਵੀਰ ਜੀ, ਨਾਲ ਜਿੰਨੇ ਵੀ ਮਾਨਵਤੀ ਸ਼ਖਸੀਅਤਾਂ ਪੁੱਜੀਆਂ ਹੋਈਆਂ ਏ, ਉਹਦੇ ਕਹਿ ਲਵੇ ਬਾਬਾ ਜੀ ਦਾ ਕਹਿ ਲਵੇ ਰਾਜੂ ਸਾਡੇ ਭਰਾ ਦੇ ਨਾਲ ਵੱਡਾ ਪਿਆਰ ਹੈ, ਸਾਰੇ ਭਰਾਵਾਂ ਦੇ ਨਾਲ ਵੱਡਾ ਪਿਆਰ ਹੈ, ਕਿ ਪਿਆਰ ਮਿਲ ਜੇ ਵੱਡਿਆਂ ਭਾਈਆਂ ਦਾ, ਫਿਰ ਬੁੱਲ ਪੈ ਜੇ ਮਿਹਨਤਾਂ ਲਾਈਆਂ ਦਾ, ਫਿਰ ਕਦੇ ਬੱਲੇ ਬੱਲੇ ਹੋ ਜਾਵੇ, ਫਿਰ ਸਮਾਂ ਸਾਡੇ ਲਈ ਖਲੋ ਜਾਵੇ, ਫਿਰ ਝੋਲੀ ਰੱਬ ਦੇ ਅੱਗੇ ਅੱਡਾਂਗੇ ਆਉਣ ਵਾਲੇ ਸਾਹਮਣੇ ਬਿਤਾਈ ਕਰੀ ਕਰੀ ਲਾਈਵ ਕਰਾ ਕੇ ਛੱਡਾਂਗੇ ਯਾਦਗਾਰੀ ਤਸਵੀਰ ਕੇ ਲੀਏ। ਵਾਕਿਆ ਜਿਹੜੀ ਉੱਧਰ ਇੱਕ ਯਾਦਗਾਰੀ ਤਸਵੀਰ ਕੈਮਰੇ ਦੀ ਅੱਖ ਦੇ ਵਿੱਚ ਕੈਦ ਆਦਰ ਸਾਡਾ ਰਾਮ ਭਾਈ ਵੀ ਦਵੋਟੀ ਵਾਲਾ ਪੁੱਜਿਆ ਏ, ਧੰਨਵਾਦ ਹੈ ਬਿੱਲੇ ਭਾਈ, ਆ ਜਾ ਯਾਰ ਤੇਰੇ ਵਾਲੀਆਂ ਸੇਵਾਵਾਂ ਮੈਂ ਲੱਗ ਜਾਣਾ ਦੇਣ ਫਿਰਨਾ ਗਈ ਹੈ, ਕੋਈ ਗੱਲ ਨਹੀਂ ਭਾਈ। ਆਦਰ ਵੀ ਸਾਡਾ ਕਮਲ ਪ੍ਰਿੰਸ ਭਰਾ ਉੱਧਰ ਫੋਟੋ ਖਿੱਚ ਜਾ ਕੇ ਯਾਰ ਫੈਸ਼ ਲੈ ਜਾ ਫੋਟੋ ਵਾਲੇ ਵੀ ਲਾਈ ਯਾਰ ਇੱਕ ਮਿੰਟ ਆਈ ਵੀ ਲੈ ਵੀ ਉਧਰ ਵੀ ਕੱਲ ਜੋਟੀ ਆ ਗਿਆ ਰੇਟ ਤੇ, ਚੱਲ ਵੀ ਜੋਟੀ ਬੱਲੇ ਬੱਲੇ ਦੇਖੋ ਕਿਹੜਾ ਕਰਵਾਉਂਦਾ ਏ। ਹੈਲੋ ਬਾਬਾ ਜੀ ਇੱਕ ਮਿੰਟ ਜੀ, ਬਾਬਾ ਜੀ ਇੱਕ ਮਿੰਟ, ਸ਼੍ਰੀ ਵਾਰਡ ਮਿਸਟਰ ਅਜੇ ਠਾਕੁਰ ਜੀ ਸੁਬੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਬਾਬਾ ਹਰਦੀਪ ਸਿੰਘ ਜੀ ਦਾ, ਜਿਹਨਾਂ ਵੱਲੋਂ ਸਾਡੇ ਕਲੱਬ ਲਈ 5100 ਰੁਪਇਆ ਪੁੱਜਦਾ ਹੋਇਆ ਹੈ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ, ਕਿਸੇ ਜ਼ਰੂਰੀ ਕੰਮ ਕਰਕੇ ਬਾਬਾ
ਠਾਕੁਰ ਜੀ ਤਹਿ ਦਿਲੋਂ ਧੰਨਵਾਦ ਹੈ। ਵਾਕੇ ਕਹਿ ਲਵੇ ਖਮਿੰਦਰ ਚੌਧਰੀ ਭਰਾ ਨੇ ਨਾਲ ਵੱਡਾ ਪਿਆਰ ਹੈ, ਵਾਕੇ ਉਚੇਚੇ ਤੌਰ ਤੇ ਖੋਜੇ ਹੈ ਕਿ ਸਾਨੂੰ ਫੁੱਟ ਦੋਸਤਾਂ ਤੇ ਫਿਰ ਸਾਡੀ ਹੁਣ ਯਾਰੀ ਦੇ ਚਰਦੇ ਫਿਰ ਰਾਜੇ ਖੇਲੇ ਸੋ ਰੱਬ ਦੀ ਫਿਰ ਸੱਚੇ ਯਾਰ ਨਹੀਂ ਜਾਂਦੇ ਪਰਕੇ, ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਕੇ। ਅਮਨ ਫੇਰੇੜ ਦੇ ਚਿਕਣੇ ਵਾਲਾ ਅਮਨ
ਟਰਾਈ ਕਰਦਾ ਹੋਇਆ, ਦੇਖਦੇ ਆ ਪੁਆਇੰਟ ਕੱਢਦਾ ਕਿ ਨਹੀਂ। ਬਈ ਦੇਖੋ ਮੈਚ ਖਰਾਬ ਨਹੀਂ ਕਰਨਾ, ਰੇਡ ਰਾ ਬਈ ਸੁਣੋ 1 ਪੁਆਇੰਟ ਬਾਰਲ ਸਟੇਡੀਅਮ ਸਮਾਨ ਦੀ 5-4 ਬਈ ਰੇ ਚਾਲੂ ਹੈ ਮੈਚ ਦਾ ਸਕੋਰ 5-4 ਕਾਕੇ ਇੱਕ ਮਿੰਟ ਕਾਕੇ ਇੱਕ ਮਿੰਟ ਠੀਕ ਹੈ ਬਈ ਬਈ ਸਮਾਨ ਨਹੀਂ ਪਾਣਾ ਜਿਹੜੇ ਤੁਰ ਹੁਣ ਤੱਕ ਬਣਾ ਰਹੇ ਉਹ ਹੁਣ ਗੱਲ ਕਿਉਂ ਬਣਾਉਂਗੇ ਨੰਬਰ ਇੱਕ ਗੱਲ ਨੰਬਰ ਦੋ ਗੱਲ ਰੈਫਰੀ ਨੇ ਡਿਸਾਈਡ ਡਿਸੀਜਨ ਦਿੱਤਾ ਹੁਣ ਲਾਈਵ ਤੁਹਾਡਾ ਪੂਰਾ ਮੈਚ ਦੇਖਣਾ ਪੈਣਾ ਫਿਰ ਬੋਲਣਾ ਔਰ ਲਿਖਣਾ ਯਾਰ ਤੁਸੀਂ ਕਾਹਨੂੰ ਕਰਿਆ ਕਰਦੇ 6-4 ਚੱਲਦੇ ਮੈਚ ਦਾ ਸਕੋਰ 6 ਪਵਰਾ ਸਟੇਡੀਅਮ 4 ਰਾਮਪੁਰ ਗਊਸ਼ਾ ਬਾਰ 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 ਕੋਈ ਬਹਿਸ ਨਹੀਂ ਕਰੇਗਾ ਜੋ ਟਰਾਫੀ ਦਿੱਤੀ ਹੈ ਉਹ ਫਾਈਨਲ ਹੋਗਾ 5-6 ਰਾਮਪੁਰ ਗਊਸ਼ਾਲਾ ਤੇ 6 ਬਾਰਾ ਸਟੇਡੀਅਮ ਇੱਕ ਵਾਰ ਫਿਰ 6-6 ਚੱਲਦੇ ਮੈਚ ਦਾ ਸਕੋਰ 6 ਰਾਮਪੁਰ ਗਊਸ਼ਾਲਾ 6 ਬਾਰਾ ਸਟੇਡੀਅਮ ਹਲੋ 7 ਰਾਮਪੁਰ ਗਊਸ਼ਾਲਾ 7 ਚੱਲਦੇ ਮੈਚ ਦਾ ਸਕੋਰ ਬਾਰਾ ਸਟੇਡੀਅਮ ਕਿਹੜੇ ਟਰਨੇਡ ਕਰਦੇ ਹੋਏ ਦੋ ਟੱਚ ਦਾ ਪ੍ਰਯਾਸ ਬਾਹਰ ਹੋ ਜਾਵੀ ਜਬ ਰੇਡ ਖਤਮ ਹੋਤੀ ਹੈ ਤਾਂ ਮੈਂ ਕਰੋ ਹਾਂ ਉਹ ਡਾਲ ਦੇ ਥਰਡ ਰੇਡ ਬਾਹਰ ਸਟੇਟ ਬਈ
ਸੈਕਿੰਡ 8-7 ਚਾਹੇ ਮੈਚ ਦਾ ਸਕੋਰ 8 ਰਾਮਪੁਰ ਗਊਸ਼ਾਲਾ ਤੇ 7 ਬਾਰੂ ਰਾਮ ਸਟੇਡੀਅਮ ਰਡਾਣਾ ਮਹਾਦੇਵ ਗਊਸ਼ਾਲਾ ਜਿੱਤ ਗਏ, ਇਹ ਪਹਿਲਾਂ ਹੀ ਜਿੱਤਦੇ ਆਉਂਦੇ ਭਾਈ, ਬੜੀ ਭਾਰੀ ਗਊਸ਼ਾਲਾ ਹੈ।